बिस्मिल्लाहिर्रहमानिर्रहीम अस्सलाम वालेकुम नाजरीन, अज का भी लोग करने शुरू तो तुम्हें दिखाने किस तरह सैलेज बनता है, मशीन किमें काम कर दिया ने, आओ तुम दिखाने सैलेज माल वास्ते बन रहे हैं। हाँ ट्रैक्टर आ रहा है ट्राला ब्रिज के सैलेज का, हाँ तकरीबन देख लो किमें आ रहा है, मसा ही आ रहा है गरीब। एक ट्राला आ रहा है, इस तो बाद एक ट्राला खाली आ जाना है, वो भी ब्रिज पर जाना है, तुम मशीन पर लैके जाने वो की कर रही है। आ देख लो मशीन लगी खड़ी, मगर ट्रैक्टर खड़ा, ट्राला आंदा पे है, उनकी वेट कर रहे हैं, मुझे मशीन दोबारा चल पे कि सैलेज बनाने वास्ते। ट्राला भी आ गया सारा, तुम व्यू दिखाने हैं किस तरह मशीन दे अगे नाल ट्राला लगेगा और सैलेज बनेगा। नाजरीन माल वास्ते बन रहा है, जानवर खाते ने सैलेज 40 दिन वास्ते बंद करते रखते हैं, उत्ते ट्रैक्टर वगैरह चलाते हैं, उन्होंने नपते हैं चंगी तरह, ये भी तुम्हें सारा जाके दिखावे किस जगह पर जाके लताड़ते पे ने की कर रहे हैं, तुम दिखावे वो भी। नाजरीन थोड़ी जी पिछा मशीन है वो आ गई जी, आ गई इत्थे भी आ गई, इधर नू आ रही है हुण। आ ते नाजरीन नू बड़ी मेहनत करते वीडियो बना रहे हैं,
ਲੈ ਜਾ ਰਹੀ ਜੀ। ਵੇਖੀ ਚੱਲੋ ਨਾਜ਼ਰੀ, ਨਾਜ਼ਰੀਨ ਅਸੀਂ ਹੁਣ ਚੱਲ ਰਹੇ ਹਾਂ ਜਿੱਥੇ ਸੈਲਜ ਜਾ ਰਿਹਾ ਹੈ ਅਤੇ ਲਤਾੜ ਰਹੇ ਨੇ, ਉੱਥੇ ਜਾ ਕੇ ਤੁਹਾਨੂੰ ਨਾਲ ਵਿਖਾਉਂਦੇ ਹਾਂ ਸਭ ਕੁਛ। ਨਾਜ਼ਰੀਨ ਤੁਹਾਨੂੰ ਦਿਖਾਉਂਦੇ ਹਾਂ ਸੈਲਜ ਕਿਸ ਤਰ੍ਹਾਂ ਲੰਘਦਾ ਹੈ। ਆਹ ਦੇਖੋ ਟਰਾਲੇ ਭਰੀ ਕੇ ਆਏ ਨੇ, ਸੈਲੇ ਜਾ ਰਹੇ ਨੇ, ਦੇਖੋ। ਹਜੇ ਤੇੜੇ ਨਾਲ ਨਹੀਂ ਆਇਆ, ਉਹ ਆਵੇਗਾ ਤੁਹਾਨੂੰ ਵਿਖਾਉਂਦੇ ਹੋ। ਜੇ ਆਇਆ ਨਹੀਂ ਬਹਰਲ, ਉਹਦੀ ਲਤਾੜ ਪੂਰੀ ਕਰਦੇ ਨੇ। ਉੱਪਰਾਂ ਬਣਿਆ ਸੈਲੇ ਪਿਆ, ਅੱਗੇ ਬਣਾਇਆ ਸੀ ਇਹਨਾਂ ਨੇ, ਉਹ ਬਣਿਆ ਪਿਆ, ਉਹ ਬਣ ਕੇ ਮਾਲ ਨੂੰ ਪਾਉਂਦੇ ਨੇ। ਆਹ ਦੇਖ ਲਓ, ਦਿਲ ਕਰਦੇ ਆਪ ਖਾ ਲਈ ਇਹ ਬਣਾ ਜੀ, ਮਸ਼ੀਨ ਜਿਹੜੀ ਬਣਾ ਲਈ ਸੈਲ। ਦੇਖ ਲਓ ਥੱਲੇ ਲੈ ਰਹੇ ਹੁਣ, ਜਿਨ੍ਹਾਂ ਨੇ ਮਾਲ ਦਾ ਸ਼ੌਂਕ ਕੀਤਾ ਦੇਖੋ, ਐਂ ਸ਼ੌਂਕ ਹੁੰਦੇ ਨੇ ਮਾਲ ਦੇ। ਇਹ ਆਮ ਬੰਦਾ ਨਹੀਂ ਕਰ ਸਕਦਾ ਸ਼ੌਂਕ। ਸਾਡੇ ਰੰਗ ਛੇਲ ਜੀ ਪਾ ਤਿਆ ਦਿਨ ਬੜਾ ਕੁਛ ਪਾ ਤਿਆ ਸੀ। ਇਹ ਪਾਇਆ ਮਾਲ ਨੂੰ ਕਿਉਂ ਨਹੀਂ ਦੁੱਧ ਦੇਂਦੀਆਂ, ਦੁੱਧ ਬੜਾ ਦੇਣ। ਅੱਗੇ ਉਹ ਅੱਗੇ ਬਣਾਇਆ ਪਿਆ, ਉਹ ਵੀ ਦਿਖਾਓ ਭਾਈ ਜਾਨ ਸਾਹਿਬ, ਉਹ ਵੀ ਦਿਖਾਓ ਇਹਨਾਂ। ਇਹ ਜੀ ਬਣਿਆ ਪਿਆ, ਵੇਖਣ 'ਚ ਲੱਗਦਾ ਕਿਹੋ ਜਿਹਾ ਜਾ, ਲੇਕਿਨ ਮਾਲ ਵਾਸਤੇ ਬਹੁਤ ਇੰਪੋਰਟੈਂਟ ਹੈ। ਆਪਾਂ ਤਾਂ ਕਹਿੰਦੇ ਐਵੇਂ, ਪਤਾ ਨਹੀਂ ਲੱਗਦਾ ਕੀ ਪਿਆ, ਕੀ ਗੰਦ ਵੱਜਿਆ ਪਿਆ। ਬਹੁਤ ਅੱਛਾ ਹੈ ਮਾਲ ਵਾਸਤੇ, ਹੈਲਦੀ ਹੈ, ਬੜਾ ਅੱਛਾ ਹੀ ਹੈ। ਆਹ ਦੂਸਰਾ ਵੀ ਟਰਾਲਾ ਭਰੀਜ ਕੇ ਆ ਗਿਆ, ਤਕਰੀਬਨ 10 ਤੋਂ 15 ਕਿੱਲੇ ਮੱਕੀ, ਜਿੰਦਾ ਹਰ ਵਾਰੀ 6 ਮਹੀਨੇ 'ਚ ਇੱਕ ਵਾਰੀ ਜ਼ਰੂਰ ਬਣਦਾ, 15 ਕਿੱਲੇ 20 ਕਿੱਲੇ ਬਣਦਾ ਰਹਿੰਦਾ ਸੈਲਜ। ਦੇਖੋ ਇਹ ਮਾਲ ਦਾ ਸ਼ੌਂਕ ਕਰਦੇ ਨੇ। ਅਗਲਾ ਬਣਿਆ ਪਿਆ ਸੈਲਜ ਨਾਲ ਹੀ, ਹੁਣ ਜਾ ਰਹੇ ਨੇ ਖਰੇ ਆ। ਇਹ ਥੋੜ੍ਹਾ ਜਿਹਾ ਗਿੱਲਾ ਹੁੰਦਾ ਅਤੇ ਨਾ ਇਸ ਵਾਸਤੇ ਲੈਣਾ ਬੜਾ ਮੁਸ਼ਕਲ ਹੁੰਦਾ, ਥੋੜ੍ਹਾ ਜਿਹਾ ਅਗਲ ਜਾ ਕੇ ਵੱਕਾ ਮਾਰਦੇ ਨੇ, ਥੋੜ੍ਹਾ ਡੀਪ ਕਰਦੇ ਨੇ, ਫਿਰ ਅਗਾਂਹ ਤੋੜਦੇ ਨੇ, ਇਸ ਤਰ੍ਹਾਂ ਲੈਂਦਾ ਜੀ। ਆ ਰਿਹਾ ਜੀ, ਯੈਸ। ਆ ਦੇਖੋ ਜੀ, ਹੁਣ ਥੱਲੇ ਲੈ ਰਿਹਾ।
ਅਪੀਲ ਕਰਨਾ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਆਈ ਹੋਵੇਗੀ ਪਸੰਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕੋਨ ਦੇ ਬਟਨ ਨੂੰ ਕਰੋ ਪ੍ਰੈਸ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਮਜ਼ੀਦ ਪਹੁੰਚ ਸਕੇ ਅਤੇ ਸਾਡੇ ਚੈਨਲ ਵਿਹਲੇ ਮੁੰਡੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਸਾਡੀ ਮਜ਼ੀਦ ਤੁਹਾਨੂੰ ਪਹੁੰਚ ਸਕੇ ਇਸ ਵੀਡੀਓ ਨਾਲ ਦਿਓ ਇਜਾਜ਼ਤ ਅੱਲਾ ਹਾਫਿਜ਼।